ਪੁਲਿਸ ਨੇ ਪ੍ਰੇਮੀ ਜੋੜਿਆਂ ਨੂੰ ਦੇ ਦਿੱਤੀ ਹੈ ਚੇਤਾਵਨੀ ਕਿ ਹਾਲ ਕਿ ਜੇਕਰ ਕੋਈ ਵੀ ਖੁੱਲੇ ਆਮ ਆਸ਼ਕੀ ਕਰਦਾ ਹੋਇਆ ਨਜ਼ਰ ਆਇਆ ਤੇ ਜ਼ਬਰਨ ਜ਼ਬਰਦਸਤੀ ਇਹਨਾਂ ਦਾ ਵਿਆਹ ਕਰ ਦਿੱਤਾ ਜਾਵੇਗਾ ਜੀ ਹਾਂ ਅੱਜ 14 ਫਰਵਰੀ ਯਾਨੀ ਕਿ ਵੈਲੈਂਟਾਈਨ ਡੇ ਦਾ ਦਿਨ ਹੈ ਤੇ ਪ੍ਰੇਮੀ ਜੋੜੇ ਜੋ ਨੇ ਆਪਸ ਦੇ ਵਿੱਚ ਵਕਤ ਬਿਤਾ ਰਹੇ ਨੇ ਕੋਈ ਮਾਲ ਦੇ ਵਿੱਚ ਘੁੰਮ ਫਿਰ ਰਿਹਾ ਹੈ ਤੇ ਕੋਈ ਫਿਲਮ ਵੇਖਣ ਵਾਸਤੇ ਥੀਏਟਰ ਦੇ ਵਿੱਚ ਗਿਆ ਹੋਇਆ ਹੈ ਤੇ ਬਾਜ਼ਾਰਾਂ ਦੇ ਵਿੱਚ ਵੀ ਇਹੋ ਜਿਹੇ ਜੋੜੇ ਵੇਖਣ ਨੂੰ ਮਿਲ ਰਹੇ ਨੇ ਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜੰਮ ਕੇ ਵਾਇਰਲ ਹੋ ਰਿਹਾ ਹੈ ਜੋ ਕਿ ਪਾਕਿਸਤਾਨ ਦਾ ਦੱਸਿਆ ਜਾ ਰਿਹਾ ਹੈ ਪਾਕਿਸਤਾਨ ਦੇ ਪ੍ਰਸ਼ਾਸਨਿਕ ਅਧਿਕਾਰੀ ਜੋ ਨੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਪਰੇ ਬਾਜ਼ਾਰ ਦੇ ਵਿੱਚ ਇੱਕ EMPLOYE ခੜਾ ਹੈ ਮੁਲਾਜ਼ਮ ਖੜਾ ਹੈ ਜੋ ਕਿ ਮਾਈਕ ਹੱਥ ਦੇ ਵਿੱਚ ਫੜਿਆ ਹੋਇਆ ਹੈ ਤੇ ਕਹਿ ਰਿਹਾ ਹੈ ਜੇਕਰ ਕੋਈ ਵੀ ਜੋੜਾ ਬਾਜ਼ਾਰ ਦੇ ਵਿੱਚ ਵਿਖਾਈ ਦੇਵੇਗਾ ਤੇ ਉਹਨਾਂ ਦਾ ਜ਼ਬਰਦਸਤੀ ਹੀ ਵਿਆਰਜਾ ਦਿੱਤਾ ਜਾਵੇਗਾ ਤੇ ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦਾ ਹੈ ਨਾ ਕਿ ਸਿਰਫ ਪਾਕਿਸਤਾਨ ਦੇ ਵਿੱਚ ਹੀ ਉਹ ਇੰਡੀਆ ਦੇ ਵਿੱਚ ਵੀ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਸ਼ੇਅਰ ਕੀਤਾ ਜਾ ਰਿਹਾ ਹੈ